ਕਹੇ ਭੀਮ ਕੁੜੇ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਤੁਹਾਡਾ ਸਵਾਗਤ ਕਰਦੇ ਹਾਂ ਪੰਜਾਬੀ ਜੱਟ ਦੀ ਨਵੀਂ ਵੀਡੀਓ ਵਿੱਚ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਵੱਡੀ ਅਤੇ ਖਾਸ ਖਬਰ ਲੈ ਕੇ ਹਾਜ਼ਰ ਹੋਏ ਹਾਂ, ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਰਨ ਔਜਲੇ ਦੇ ਕਿੰਨੇ ਮਿੰਟ ਅਤੇ ਕਿੰਨੇ ਵਿਊ ਹੋਏ ਇਸ ਗਾਣੇ ਉੱਪਰ, ਫਿਊ ਡੇਜ਼ ਗਾਣੇ ਨੂੰ ਕਿੰਨੇ ਮਿੰਟ ਅਤੇ ਕਿੰਨੇ ਵਿਊਜ਼ ਮਿਲੇ, ਕਿੰਨੇ ਘੰਟੇ 'ਚ ਕਿੰਨੇ ਵਿਊ ਮਿਲੇ ਅਤੇ ਕਿੰਨਵੇਂ ਨੰਬਰ ਟ੍ਰੈਂਡਿੰਗ 'ਤੇ ਆਇਆ, ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ। ਅਤੇ ਨਾਲ ਹੀ ਅੰਮ੍ਰਿਤ ਮਾਨ ਨੂੰ ਵੀ ਰਿਪਲਾਈ ਕਰ ਦਿੱਤਾ ਹੈ ਕਰਨ ਔਜਲਾ ਨੇ, ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਇਸ ਵੀਡੀਓ ਦੇ ਐਂਡ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਰਿਪਲਾਈ ਕੀਤਾ ਅੰਮ੍ਰਿਤ ਮਾਨ ਕਰਨ ਔਜਲਾ ਨੇ, ਤਾਂ ਕਰਕੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹਿਓ। ਅਤੇ ਨਾਲ ਹੀ ਵੀਡੀਓ ਨੂੰ ਚਲਦੇ ਚਲਦੇ ਜ਼ਰੂਰ ਲਾਈਕ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਇਹ ਜਾਂ ਹੋਰ ਵੀਡੀਓ ਦੇਖਣ ਦੇ ਲਈ। 15 ਮਿੰਟਾਂ 'ਚ ਕਰਨ ਔਜਲੇ ਨੂੰ 43,000 ਵਿਊਜ਼ ਮਿਲ ਚੁੱਕੇ ਸੀ। 21 ਮਿੰਟਾਂ 'ਚ ਕਰਨ ਔਜਲੇ ਦੇ ਫਿਊ ਡੇਜ਼ ਗਾਣੇ ਨੂੰ 57,000 ਵਿਊਜ਼ ਮਿਲ ਚੁੱਕੇ ਸੀ। 29 ਮਿੰਟਾਂ 'ਚ ਫਿਊ ਡੇਜ਼ ਗਾਣੇ ਨੂੰ 75,000 ਵਿਊਜ਼ ਮਿਲ ਚੁੱਕੇ ਸੀ। 39 ਮਿੰਟਾਂ 'ਚ ਕਰਨ ਔਜਲੇ ਦੇ ਫਿਊ ਡੇਜ਼ ਗਾਣੇ ਨੂੰ 1,42,000 ਵਿਊਜ਼ ਮਿਲ ਚੁੱਕੇ ਸੀ। 52 ਮਿੰਟਾਂ 'ਚ ਫਿਊ ਡੇਜ਼ ਗਾਣੇ ਨੂੰ 2,99,000 ਵਿਊਜ਼ ਮਿਲ ਚੁੱਕੇ ਸੀ। 1 ਘੰਟੇ 'ਚ ਕਰਨ ਔਜਲੇ ਦੇ ਫਿਊ ਡੇਜ਼ ਗਾਣੇ ਨੂੰ 4,01,000 ਵਿਊਜ਼ ਮਿਲ ਚੁੱਕੇ ਸੀ। 2 ਘੰਟੇ 'ਚ ਕਰਨ ਔਜਲਾ ਦੇ ਫਿਊ ਡੇਜ਼ ਗਾਣੇ ਨੂੰ 4,50,000 ਵਿਊਜ਼ ਮਿਲ ਚੁੱਕੇ ਸੀ। 3 ਘੰਟਿਆਂ 'ਚ 5,20,000 ਵਿਊਜ਼ ਮਿਲ ਚੁੱਕੇ ਸੀ ਫਿਊ ਡੇਜ਼ ਗਾਣੇ 'ਤੇ। 5 ਘੰਟੇ ਬਾਅਦ 17,00,000 ਵਿਊਜ਼ ਮਿਲ ਚੁੱਕੇ ਸੀ, ਨਾਲ ਹੀ 1,00,000 ਤੋਂ ਵੱਧ ਲਾਈਕਸ ਵੀ। 5.5 ਘੰਟੇ ਬਾਅਦ 19,00,000 ਵਿਊਜ਼ ਮਿਲ ਚੁੱਕੇ ਸੀ ਅਤੇ 1.2 ਲੱਖ ਲਾਈਕਸ ਵੀ। ਅਤੇ ਇਹ ਗਾਣੇ ਨੇ ਇਸ ਤਰ੍ਹਾਂ ਬਹੁਤ ਹੀ ਵੱਡੇ ਵੱਡੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਅਤੇ ਕਈ ਜਗ੍ਹਾ 'ਤੇ ਟ੍ਰੈਂਡਿੰਗ ਨੰਬਰ 1 'ਤੇ ਵੀ ਆ ਚੁੱਕਿਆ ਹੈ ਇਹ ਫਿਊ ਡੇਜ਼ ਗਾਣਾ। ਕਰਨ ਔਜਲਾ ਦਾ ਇਹ ਗਾਣਾ ਕਿਹਨੇ ਕਿਹਨੇ ਸੁਣ ਲਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਨਾਲ ਹੀ ਵੀਡੀਓ ਨੂੰ ਚੱਲਦੇ ਚੱਲਦੇ ਲਾਈਕ ਜ਼ਰੂਰ ਕਰ ਦੇਣਾ। ਤਾਂ ਹੁਣ ਤੁਹਾਨੂੰ ਲੈ ਜਾਂਦੇ ਹਾਂ ਉਸ ਵੀਡੀਓ ਵੱਲ ਜਿਸ ਵਿੱਚ ਕਿ ਕਰਨ ਔਜਲਾ ਨੇ ਅੰਮ੍ਰਿਤ ਮਾਨ ਨੂੰ ਵੱਡਾ ਰਿਪਲਾਈ ਕਰ ਦਿੱਤਾ ਹੈ। ਔਜਲੇ ਦੇ ਯਾਰ ਨੀ ਪਵਾਉਂਦੇ ਕੁੰਡਲਾਂ, ਆਓ ਮੁੱਛ ਖੜੀ ਕਰਕੇ ਦਿਖਾਈ ਹੁੰਦੜਾ, ਇੱਕ ਵਾਰ ਦੇਖਣ